देख रहे हो सांझ टीवी न्यूज पोर्टल। पठानकोट के पिंड नरोट महरा च अज दिन के समय ही PNB बैंक लुटन का मामला सामने आया है। बैंक च तकरीबन 2 बजे के आस पास 4 लुटेरे हथियार की नोक से बैंक चो 1.5 लाख रुपए लुट के लै गए। इस संबंधी जानकारी देंदे हुए SP हैडक्वार्टर ने दसा कि 4 नकाबपोश आदमियों ने हथियार की नोक से इस लुट को अंजाम दिता। उन्होंने दसा कि पुलिस की टीम मौके पर पहुंची और मामले की जांच कर रही है। ਰਿਵੋਲਵਰ ਲੈ ਦੀ ਸੀ ਉਹਨਾਂ ਨੇ, ਇੱਕ ਨੇ ਗਾਰਡ ਫੜਿਆ ਆ ਕੇ ਕਹਿੰਦੇ ਸਾਈਡ ਲਗਾ ਤਾ ਸਾਨੂੰ ਬਸ ਅਤੇ ਨਾਲ ਉਹਨਾਂ ਦਰਵਾਜ਼ਾ ਤੋੜਿਆ ਉੱਥੋਂ, ਬਸ ਹਥਿਆਰ ਰਿਵੋਲਵਰ ਸੀਗੇ ਨਾਲ ਇੱਕ ਡਰਾਪ ਸੀ। ਅੱਜ ਤਕਰੀਬਨ 2:30 ਵਜੇ ਕੇ ਆਸ ਪਾਸ ਨਰੋਟ ਮਾਰਾ ਪਿੰਡ ਮੇ ਪੰਜਾਬ ਨੈਸ਼ਨਲ ਬੈਂਕ ਮੇ 4 ਬੰਦੇ ਆਏ। ਇੱਕ ਤੋਂ ਸਪਲੈਂਡਰ ਮੋਟਰਸਾਈਕਲ ਤੇ ਉਹਨਾਂ ਕੇ ਪਾਸ ਔਰ ਇੱਕ ਪਲਸਰ ਮੋਟਰਸਾਈਕਲ ਤੀ। ਉਹ ਅੰਦਰ ਆ ਕੇ ਔਰ ਬੈਂਕ ਕਰਮਚਾਰੀਓ ਕੋ ਸਾਥ ਲੈ ਕੇ ਔਰ ਯਹਾਂ ਸੇ ਤਕਰੀਬਨ 1.5 ਲੱਖ ਰੁਪਏ ਕੀ ਨਕਦੀਆਂ ਅਸੀਂ ਲੈ ਗਏ। ਅਸੀਂ ਉਹਨਾਂ ਨੂੰ ਲੱਭਣੇ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਟੀਮ ਬਣਾ ਕੇ ਹਮ ਆਸ ਕਰਦੇ ਕਿ ਜਲਦੀ ਉਹਨਾਂ ਨੂੰ ਪਕੜ ਲਈ। ਕੁਛ ਦੇਖ ਰਹੇ ਹਾਂ ਹਮ CCTV ਫੁਟੇਜ, ਉਹ ਇਨਵੈਸਟੀਗੇਸ਼ਨ ਚੱਲ ਰਿਹਾ ਬਸ। ਇਨਕੇ ਕਹਿਣ ਕੇ ਮੁਤਾਬਿਕ ਹੈਗੇ ਜੋ ਬੰਦੇ ਦੱਸ ਰਹੇ ਹੈ, ਮੈਨੇਜਰ ਯਹਾਂ ਕੇ ਜੋ ਹੈ ਉਹ ਬਤਾ ਰਹੇ ਕਿ ਹਥਿਆਰ ਕਰ ਉਹ ਰਿਵਾਲਵਰ ਦੱਸ ਰਹੇ ਹਾਂ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ। ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।